ਮਾਸਟਰ ਕੈਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ। ਵੀਡੀਓ ਚ ਗੱਲ ਕਰਾਂਗੇ ਇੰਗਲਿਸ਼ ਸਬਜੈਕਟ ਦੀ ਮਾਸਟਰ ਕੈਡਰ 41 ਕਾਟ ਦੀ ਕਟ-ਆਫ ਬਾਰੇ। ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀਆਂ ਸਿਲੈਕਸ਼ਨ ਲਿਸਟਾਂ ਉਹ ਕੱਲ ਅਪਲੋਡ ਕਰ ਦਿੱਤੀਆਂ ਗਈਆਂ ਨੇ। ਤਾਂ ਜੇਕਰ ਤੁਸੀਂ ਇੰਗਲਿਸ਼ ਸਬਜੈਕਟ ਨਾਲ ਸੰਬੰਧਿਤ ਹੋ ਤਾਂ ਇਸ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਹਾਡੇ ਲਈ ਬਹੁਤ ਕੰਮ ਦੀ ਵੀਡੀਓ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਪੂਰੇ ਧਿਆਨ ਨਾਲ ਸੁਣਿਓ। ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ। ਤਾਂ ਕਿ ਮਾਸਟਰ ਕੈਡਰ ਦੀ ਹਰ ਇੱਕ ਅਪਡੇਟ ਜਿਹੜੀ ਤੁਹਾਡੇ ਤੱਕ ਜਿਹੜੀ ਉਸ ਸਮੇਂ ਸਿਰ ਪਹੁੰਚਦੀ ਰਹੇ ਤੇ ਤੁਹਾਡੇ ਲਈ ਇੱਕ ਬੇਨਤੀ ਇਹ ਆ ਕਿ ਇੱਕ ਤਾਂ ਥੋੜੀ ਸਕਰੀਨ ਜੇਕਰ ਛੋਟੀ ਲੱਗ ਰਹੀ ਹੋਊਗੀ ਤੁਹਾਨੂੰ ਕਿਉਂਕਿ ਫੋਨ ਸਿੱਧੇ ਫੋਨ 'ਚ ਵੀਡੀਓ ਬਣ ਰਹੀ ਆ YouTube ਕਰਕੇ ਨਹੀਂ ਆਦਰਵਾਇਜ਼ ਆਪਾਂ ਟੈਡੇ ਹਿਸਾਬ ਨਾਲ ਵੀਡੀਓ ਬਣਾ ਦਿੰਦੇ ਤੇ ਤੁਸੀਂ ਵੀਡੀਓ ਨੂੰ ਜ਼ੂਮ ਕਰ ਲਿਓ ਜੇਕਰ ਤੁਹਾਨੂੰ ਵੀਡੀਓ ਪ੍ਰੋਪਰ ਨਹੀਂ ਦਿਖ ਰਹੀ ਇੱਕ ਆਪਾਂ 21 ਮਿੰਟ ਪਹਿਲਾਂ ਇੱਕ ਵੋਟ ਪੋਲ ਕਰਾਇਆ ਸੀ ਲਗਭਗ ਆਪਾਂ ਸਾਰੇ ਸਬਜੈਕਟਾਂ ਦਾ ਵੋਟ ਪੋਲ ਕਰਾਇਆ ਤਾ ਹੀ 20 ਮਿੰਟ ਪਹਿਲਾਂ ਆਪਾਂ ਇੰਗਲਿਸ਼ ਦਾ ਇੱਕ ਵੋਟ ਪੋਲ ਕਰਾਇਆ ਸਿਰਫ ਇੰਗਲਿਸ਼ ਸਬਜੈਕਟ ਦਾ ਜਿਹਦੇ ਵਿੱਚ ਲਿਖਿਆ ਕਿ ਅੱਜ ਦੀਆਂ ਲਿਸਟਾਂ ਅਨੁਸਾਰ ਜਿਹੜੇ ਤੁਹਾਡੇ ਸਟੇਟਸ ਆ ਜਿਹੜਾ ਕੀ ਸ਼ੋ ਹੋ ਰਿਹਾ ਆਪਣੇ ਆਪਣੇ ਨੰਬਰ ਕੈਟਾਗਰੀ ਤੇ ਸਟੇਟਸ ਬਾਰੇ ਲਿਖ ਕੇ ਨੀਚੇ ਕਮੈਂਟ ਕਰੋ ਤਾਂ ਤੁਹਾਨੂੰ ਇੱਕ ਦੋ ਬੇਨਤੀਆਂ ਨੇ ਆਪਾਂ ਕੱਲ ਨੂੰ ਨਾ ਇੰਗਲਿਸ਼ ਸਬਜੈਕਟ ਦੀ ਪ੍ਰੋਪਰ ਐਨਲਾਈਜ਼ ਕਰਕੇ ਕਟਆਫ ਦੀ ਇੱਕ ਵੀਡੀਓ ਪਾਵਾਂਗੇ ਪ੍ਰੋਪਰ ਡਿਟੇਲ ਚ ਤੇ ਉਹਦੇ ਵਾਸਤੇ ਤੁਹਾਨੂੰ ਇੱਕ ਕੰਮ ਕਰਨਾ ਪੈਣਾ ਇਹ ਕੰਮ ਬਹੁਤ ਜ਼ਰੂਰੀ ਆ ਤੁਸੀਂ ਸਾਡੇ ਚੈਨਲ ਤੇ ਜਾ ਕੇ ਜੇਕਰ ਤੁਹਾਨੂੰ ਵੋਟ ਪੋਲ ਨਹੀਂ ਕਰਨਾ ਆਉਂਦਾ ਤਾਂ ਅਸੀਂ ਤੁਹਾਨੂੰ ਪੂਰਾ ਸਮਝਾ ਦਿੰਨੇ ਆ ਡਿਟੇਲ ਚ ਦੇਖੋ ਇਦਾਂ ਤੁਸੀਂ ਸਾਡੇ ਚੈਨਲ ਨੂੰ ਓਪਨ ਕਰਨਾ ਜਿੱਦਾਂ ਵੀਡੀਓ ਦੇ ਨੀਚੇ ਸਾਡੇ ਚੈਨਲ ਦਾ ਨਾਮ ਲਿਖਿਆ ਹੋਇਆ ਉੱਥੇ ਮਾਸਟਰ ਕਿਡਰ ਯੂਨੀਅਨ ਤੇ ਕਲਿੱਕ ਕਰਕੇ ਪਹਿਲਾਂ ਹੋਮ ਪੇਜ ਖੁੱਲੂਗਾ ਇਦਾਂ ਦਾ ਫਿਰ ਵੀਡੀਓ ਵਾਲਾ ਪੋਰਸ਼ਨ ਫਿਰ ਸ਼ਾਰਟ ਆ ਫਿਰ ਲਾਈਵ ਪਲੇਲਿਸਟ ਇਸ ਤੋਂ ਬਾਅਦ ਕਮਿਊਨਿਟੀ ਤਾਂ ਇਦਾਂ ਜਦੋਂ ਕਮਿਊਨਿਟੀ ਓਪਨ ਹੋਊਗੀ ਤਾਂ ਨੀਚੇ ਨੂੰ ਸਕਰੋਲ ਕਰੋਗੇ ਤਾਂ ਤੁਹਾਨੂੰ ਇੱਥੇ ਪਹਿਲਾਂ ਇੰਗਲਿਸ਼ ਸਬਜੈਕਟ ਦਾ ਬੋਟ ਪੋਲ ਕਰਾਇਆ ਹੋਇਆ ਦਿਖੂਗਾ ਜਿਦੇ ਚ ਹੁਣ ਤੱਕ 120 ਵੋਟ ਹੋ ਚੁੱਕੇ ਨੇ 21 ਮਿੰਟਾਂ ਦੇ ਵਿੱਚ ਜਿਦੇ ਵਿੱਚੋਂ ਕਿ 59% ਜਿਹੜੇ ਬੱਚੇ ਉਹ ਕਹਿ ਰਹੇ ਨੇ ਕਿ ਅਸੀਂ ਐਲੀਜੀਬਲ ਆ ਤੇ 41 ਕਹਿ ਰਹੇ ਨੇ ਵੇਟਿੰਗ ਦੇ ਵਿੱਚ ਨੇ ਤਾਂ ਇਹ ਸਿਰਫ ਇੰਗਲਿਸ਼ ਵਾਲੇ ਵਿਦਿਆਰਥੀ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਤੁਸੀਂ ਤੁਸੀਂ ਇਹਦੇ ਤੇ ਕਮੈਂਟ ਕਰਨੇ ਆਪਣੇ ਜਿੱਦਾਂ ਦੋ ਕਮੈਂਟ ਆਪਾਂ ਨੂੰ ਹੁਣ ਤੱਕ ਮਿਲ ਚੁੱਕੇ ਨੇ ਇੱਕ ਕਮੈਂਟ ਤਾਂ ਮੈਥ ਨਾਲ ਸੰਬੰਧ ਦਾ ਚਲੋ ਉਹਨੂੰ ਸਟੂਡੈਂਟ ਨੂੰ ਨਹੀਂ ਪਤਾ ਲੱਗਿਆ ਹੋਣਾ ਉਹਨੇ ਗਲਤੀ ਨਾਲ ਕਮੈਂਟ ਕਰਤਾ ਤੇ ਦੂਸਰਾ ਕਮੈਂਟ ਆਪਣੇ ਕੋਲੇ ਸविता ਠਾਕੁਰ ਦਾ ਆਇਆ ਹੈ ਕਿ ਮੈਂ एलिजिਬਲ ਆ ਇਨ ਇੰਗਲਿਸ਼ ਵੇਟਿੰਗ ਲਿਸਟ ਆ 122 ਨੰਬਰ ਨੇ ਇਨ ਬੋਥ ਓਪਨ ਐਂਡ ਏਡਬਲੂਜ਼ ਕੈਟਾਗਰੀ ਦੇ ਵਿੱਚ ਤਾਂ ਇਦਾਂ ਆਪਾਂ ਨੂੰ ਐਨਲਾਈਜ਼ ਹੋ ਜਾਊਗਾ ਸਾਰਾ ਤੁਸੀਂ ਆਪਣੇ ਆਪਣੇ ਨੰਬਰ ਨੇ ਜਿਹੜੇ ਉਹ ਇਦਾਂ ਕਮੈਂਟ ਕਰਕੇ ਸਾਨੂੰ ਵਿਦ ਕੈਟਾਗਰੀ ਕਿਹੜੀ ਤੁਹਾਡੀ ਕੈਟਾਗਰੀ ਹੈ ਤੇ ਤੁਹਾਡਾ ਸਟੇਟਸ ਆ ਜਿਹੜਾ ਕੀ ਸ਼ੋ ਹੋ ਰਿਹਾ ਜੇਕਰ ਤੁਸੀਂ एलिजिਬਲ ਹੋ ਤਾਂ एलिजिਬਲ ਲਿਖਣਾ ਸਪੋਜ਼ ਕਰੋ ਤੁਹਾਡੇ 124 ਨੰਬਰ ਨੇ ਤੁਸੀਂ ਲਿਖਣਾ ਓਪਨ ਆ 124 एलिजिਬਲ ਜੇ 121 ਨੰਬਰ ਨੇ 121 ਨੰਬਰ ਆ ਓਪਨ ਆ ਤੇ ਵੇਟਿੰਗ ਆ ਤਾਂ ਇਦਾਂ ਕਰਕੇ ਤੁਸੀਂ ਆਪਣੇ ਆਪਣੇ ਕਮੈਂਟ ਕਰਨੇ ਨੇ ਇੱਕ ਤਾਂ ਇਹ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਇੰਗਲਿਸ਼ ਸਕੇਡਰ ਦਾ ਸਾਰੇ ਜਿੰਨੇ ਸਟੂਡੈਂਟ ਆ ਜਿਹੜੇ ਲਗਭਗ ਮੈਰਿਟ ਦੇ ਨੇੜੇ ਤੇ ਜਿਹੜੇ ਨੇ ਕਿਉਂਕਿ ਬਾਕੀ ਸਾਰੇ ਸਬਜੈਕਟਾਂ ਦਾ ਰਿਜ਼ਲਟ ਤਾਂ ਰਵਾਈਜ਼ ਹੋ ਗਿਆ ਪਰ ਇੰਗਲਿਸ਼ ਦਾ ਜਿਹੜਾ ਰਿਜ਼ਲਟ ਉਹ ਲਗਭਗ ਸੇਮ ਰਹੂਗਾ ਲਗਭਗ ਸੇਮ ਪਹਿਲਾਂ ਵਾਲੀ ਸਿਚੁਏਸ਼ਨ ਰਹਿਣੀ ਹੈ ਸਾਰੀ ਪਰ ਫਿਰ ਵੀ ਇੱਕ ਵਾਰੀ ਆਪਾਂ ਕੱਟਆਫ ਦੀ ਵੀਡੀਓ ਤਿਆਰ ਕਰਨ ਲਈ ਤੁਹਾਡੇ ਤੋਂ ਇਹ ਕੰਮ ਕਰਵਾ ਰਹੇ ਹਾਂ ਤੁਸੀਂ ਇਦਾਂ ਚੈਨਲ ਤੇ ਜਾ ਕੇ ਕਮਿਊਨਿਟੀ ਤੇ ਆ ਕੇ ਤਾਂ ਇਦਾਂ ਬੋਡ ਪੋਲ ਤੇ ਤੁਸੀਂ एलिਜੀਬਲ ਹੋ ਤਾਂ एलिਜੀਬਲ ਤੇ ਕਲਿੱਕ ਕਰ ਦੇਣਾ ਤੇ ਨਾਲ ਆਪਣਾ ਕਮੈਂਟ ਜ਼ਰੂਰ ਕਰਨਾ ਤੇ ਇੱਕ ਵੀਡੀਓ ਨੂੰ ਬਤਨ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਜੇਕਰ ਚੈਨਲ ਤੇ ਨਵੇਂਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਕੱਲ ਨੂੰ ਸਵੇਰ ਤੱਕ ਆਪਣੇ ਕੋਲੇ ਸਾਰੀ ਡਿਟੇਲ ਇਹਦੀ ਮਿਲ ਜੂਗੀ ਤੇ ਕੱਲ ਨੂੰ ਆਪਾਂ ਤਕਰੀਬਨ 10-11 ਵਜੇ ਇੱਕ ਪ੍ਰੋਪਰ ਕੱਟਆਫ ਦੀ ਵੀਡੀਓ ਜਿਹੜੀ ਇੰਗਲਿਸ਼ ਸਬਜੈਕਟ ਦੀ ਉਹ ਬਣਾ ਦਾਂਗੇ ਤੇ ਤੁਸੀਂ ਚੈਨਲ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਉਹ ਕੱਲ੍ਹ ਵਾਲੀ ਵੀਡੀਓ ਤੁਹਾਡੇ ਤੱਕ ਜਿਹੜੀ ਵਧੀ